ਕਰੋਨਾ ਵਾਇਰਸ ਮਹਾਮਾਰੀ ਆਪਣੇ ਪੈਰ ਫਸਾਰ ਰਹੀ ਹੈ ਦੁਨੀਆ ਦਾ ਹਰ ਮੁਲਕ ਇਸ ਦੀ ਗ੍ਰੱਫਤ ਵਿੱਚ ਹੈ ਦੁਨੀਆ ਭੁੱਖਮਰੀ ਵੱਲ ਵਧ ਰਹੀ ਹੈ ਤਾਂ ਇਸ ਦਰਮਿਆਨ ਕੋਈ ਭੁੱਖੇ ਟਿੱਡਣਾ ਸੌਵੇਂ ਉਸ ਲਈ ਗੁਰੂ ਦੇ ਸਿੱਖ ਦਿਨ ਰਾਤ ਲੰਗਰ ਸਮੇਤ ਰਾਸ਼ਨ ਲੋੜ ਦਾ ਹਰ ਸਮਾਨ ਲੋੜਵੰਦਾਂ ਤੱਕ ਪਹੁੰਚਾ ਰਹੇ ਨੇ ਸਿਆਟਲ ਵਿੱਚ ਸਿੱਖ ਜਥੇਬੰਦੀ ਦੇਗ ਤੇਗ ਵੱਲੋਂ ਲੋੜਵੰਦਾਂ ਦੀ ਵੱਧ ਤੋਂ ਵੱਧ ਮਦਦ ਦਾ ਬੀੜਾ ਚੁੱਕਿਆ ਗਿਆ ਉਹਨਾਂ ਦਾ ਉਦਮ ਇਸ ਮਹਾਮਾਰੀ ਤੋਂ ਪਹਿਲਾਂ ਵੀ ਜਾਰੀ ਸੀ ਪਿਛਲੇ ਕਈ ਸਾਲਾਂ ਤੋਂ ਦੇਗ ਤੇਗ ਕਮਿਊਨਿਟੀ ਕਿਚਨ ਵੱਲੋਂ ਹਰ ਸ਼ਨੀਵਾਰ 500 ਬੰਦੇ ਦਾ ਖਾਣਾ ਬਣਦਾ ਸੀ ਇੱਕ ਘਰਿਆਂ ਸ਼ੈਲਟਰ ਹੋਮ ਵਿੱਚ ਰਹਿ ਰਹੇ ਲੋਕਾਂ ਨੂੰ ਦਿੱਤਾ ਜਾਂਦਾ ਸੀ ਪਰ ਹੁਣ ਜਦੋਂ ਮਹਾਮਾਰੀ ਦਾ ਦੌਰ ਹੈ ਤਾਂ ਹੋਰ ਸਥਾਨਕ ਸਿਆਟਲ ਵਾਸੀ ਸਿੱਖ ਵੀ ਇਸ ਜਥੇਬੰਦੀ ਦੇ ਨਾਲ ਆਣ ਖੜੇ ਹਨ ਮਕਸਦ ਹੈ ਵੱਧ ਤੋਂ ਵੱਧ ਲੋਕਾਂ ਤੱਕ ਮਦਦ ਪਹੁੰਚਾਈ ਜਾਵੇ ਦੇਖ ਤੇਗ ਕਮਿਊਨਿਟੀ ਕਿਚਨ ਜੁਆਇਨਟਡ ਸਿੱਖ ਜਥੇਬੰਦੀ ਨਾਲ ਜੁੜਿਆ ਹੈ ਅਤੇ ਏਵਨ ਸਿਆਟਲ ਟੈਕਸੀ ਵੱਲੋਂ ਹਸਪਤਾਲ ਵਰਕਰ ਅਤੇ ਰੇ ਅ ਹੋਪ ਸ਼ੈਲਟਰ ਹੋਮ ਵਿੱਚ ਹਫ਼ਤੇ ਚ ਤਿੰਨ ਦਿਨ ਲਈ ਪੀਜ਼ਾ ਪਹੁੰਚਾਇਆ ਜਾਂਦਾ ਹੈ ਇਹਨਾਂ ਲੋਕਾਂ ਕੋਲ ਬੈਗ ਵਿੱਚ ਖਾਣਾ ਪਹੁੰਚਦਾ ਕਰ ਦਿੱਤਾ ਜਾਂਦਾ ਹੈ ਅਤੇ ਲੋੜਵੰਦ ਖਾਸ ਕਰ ਉਮਰਦਰਾਜ ਲੋਕਾਂ ਨੂੰ ਟੈਕਸੀ ਸਰਵਿਸ ਵੀ ਪ੍ਰੋਵਾਈਡ ਕਰਵਾਈ ਜਾਂਦੀ ਹੈ ਦੇਖਤੇ ਕਮਿਊਨਿਟੀ ਕਿਚਨ ਦੇ ਮੈਂਬਰ ਅਮਨ ਕਾਗਦਾ ਕਹਿੰਦਾ ਕਿ ਸਿੱਖ ਧਰਮ ਦਾ ਫਲਸਫਾ ਹੈ ਕਿ ਲੋੜਵੰਦਾਂ ਦੀ ਮਦਦ ਕਰੋ ਜੋ ਅਸੀਂ ਆਪਣੇ ਗਵਾਂਡੀਆਂ ਆਪਣੇ ਭੈਣਾ ਭਰਾਵਾਂ ਦੀ ਇਸ ਔਖੀ ਕੜੀ 'ਚ ਮਦਦ ਕਰ ਰਹੇ ਹਾਂ ਅਸੀਂ ਇਸ ਮਿਸ਼ਨ ਵਿੱਚ ਲੱਗੇ ਹਾਂ ਸਾਡੀ ਕੋਸ਼ਿਸ਼ ਹੈ ਕਿ ਅਸੀਂ ਹਰ ਉਸ ਲੋੜਵੰਦ ਤੱਕ ਮਦਦ ਪਹੁੰਚਾ ਸਕੀਏ ਜੋ ਇਸ ਔਖੀ ਕੜੀ ਵਿੱਚ ਆਸਰਾ ਤੱਕ ਰਿਹਾ ਹੈ ਯੂਨਾਈਟਿਡ ਸਿੱਖ ਦੇ ਲੋਕਲ ਬ੍ਰਾਂਚ ਡਾਇਰੈਕਟਰ ਤਨਵੀਰ ਸਿੰਘ ਦਾ ਕਹਿਣਾ ਹੈ ਕਿ ਅਸੀਂ ਇੱਕ ਸਮੂਹਿਕ ਭਾਈਚਾਰਾ ਹਾਂ ਅਤੇ ਸਾਡੀ ਕੋਸ਼ਿਸ਼ ਆਪਣੇ ਗਵਾਂਡੀਆਂ ਦੀ ਮਦਦ ਕਰਨ ਦੀ ਹੈ ਜੋ ਇਸ ਵੇਲੇ ਮੁਸ਼ਕਲ ਵਿੱਚ ਹਨ ਅਸਲ ਵਿੱਚ ਜਦੋਂ ਸੋਸ਼ਲ ਡਿਸਟੈਂਸਿੰਗ ਦੇ ਨਿਯਮ ਲਾਗੂ ਹੋਏ ਤਾਂ ਦੇਖਤੇ ਕਮਿਊਨਿਟੀ ਕਿਚਨ ਲਈ ਹਰ ਸ਼ਨੀਵਾਰ ਲੰਗਰ ਲਗਾਉਣਾ ਔਖਾ ਹੋ ਗਿਆ ਤਾਂ ਉਹ ਕੋਈ ਹੋਰ ਤਰੀਕਾ ਲੱਭਣ ਲੱਗੇ ਤਾਂ ਮਨ ਕਾਗ ਮਤਾਬਕ ਫਿਰ ਅਸੀਂ ਹਸਪਤਾਲ ਵਰਕਰ ਲਈ ਖਾਣਾ ਪਹੁੰਚਾਉਣ ਦਾ ਫੈਸਲਾ ਲਿਆ ਅਤੇ ਫਿਰ ਇਹ ਸੰਸਲਾ ਰੋਜ਼ਾਨਾ ਸ਼ੁਰੂ ਹੋ ਗਿਆ ਇਸ ਵੇਲੇ ਉਹ 500 ਬੰਦਿਆਂ ਦਾ ਖਾਣਾ ਮੈਰੀ ਬ੍ਰਿਜ ਚਿਲਡਰਨ ਹਸਪੀਟਲ ਚ ਭੇਜ ਰਹੇ ਨੇ ਇਸ ਦੇ ਇਲਾਵਾ ਫੂਡ ਬੈਂਕ ਵਿੱਚ ਵੀ ਯੋਗਦਾਨ ਪਾਇਆ ਜਾ ਰਿਹਾ ਹੈ ਇਹ ਫੂਡ ਬੈਂਕ ਰਾਹੀਂ ਦੂਰ ਦੁਰਾਡੇ ਬਜ਼ੁਰਗ ਉਮਰਦਰਾਜ ਲੋੜਵੰਦ ਲੋਕਾਂ ਤੱਕ ਖਾਣਾ ਤੇ ਰਸਦ ਪਹੁੰਚਦਾ ਕੀਤਾ ਜਾ ਰਿਹਾ ਹੈ ਇਸ ਵੇਲੇ ਸਿੱਖ ਅਲਾਈਅੰਸ ਤਹਿਤ ਕਈ ਜਥੇਬੰਦੀਆਂ ਇਸ ਸਾਂਝੇ ਉਦਮ ਵਿੱਚ ਕਾਰਸ਼ੀਲ ਹਨ ਹੁਣ ਕਈ ਜਥੇ ਵਾ ਕਰ ਰਹੀਆਂ ਹਨ ਇਸ ਨਾਲ ਵੱਧ ਤੋਂ ਵੱਧ ਲੋੜਵੰਦਾਂ ਤੱਕ ਪਹੁੰਚ ਹੋ ਰਹੀ ਹੈ ਉਹਨਾਂ ਦਾ ਕਹਿਣਾ ਹੈ ਕਿ ਟੈਕਸੀ ਸਰਵਿਸ ਵੀ ਉਹਨਾਂ ਲੋਕਾਂ ਨੂੰ ਮੁਹੱਈਆ ਕਰਵਾਈ ਜਾ ਰਹੀ ਹੈ ਜਿਨ੍ਹਾਂ ਨੂੰ ਇਸ ਦੀ ਲੋੜ ਹੈ ਕੋਈ ਵੀ ਸਾਨੂੰ ਕਾਲ ਕਰ ਸਕਦਾ ਹੈ ਅਸੀਂ 24 ਘੰਟੇ ਮਦਦ ਲਈ ਤਿਆਰ ਬਰ ਤਿਆਰ ਹਾਂ ਵਾਕਈਏ ਲੋਕਾਂ ਲਈ ਕੁਝ ਕਰਨ ਦਾ ਇਹ ਜਜ਼ਬਾ ਕਾਬਲੇ ਤਾਰੀਫ ਹੈ ਇਹ ਜਜ਼ਬਾ ਸਿੱਖ ਕਦਰਾਂ ਕੀਮਤਾਂ ਸਿਧਾਂਤ ਦਾ ਹਿੱਸਾ ਹੈ ਜੋ ਦੁਨੀਆ ਦੇ ਕੋਨੇ-ਕੋਨੇ ਵਿੱਚ ਆਪਣੀ ਹਾਜ਼ਰੀ ਲਗਵਾ ਰਿਹਾ ਹੈ ਤੇ ਗਲੋਬ ਡਵਾਈਸ ਓਵਰਸੇਡ ਐਜੂਕੇਸ਼ਨ ਤੇ ਇਮੀਗ੍ਰੇਸ਼ਨ ਕੰਪਨੀ ਹੈਗੀ ਏ ਸਾਨੂੰ 35 ਸਾਲ ਦਾ ਐਕਸਪੀਰੀਅੰਸ ਹੈ ਅਸੀਂ ਬੱਚਿਆਂ ਨੂੰ ਉਹਨਾਂ ਦੇ ਪ੍ਰੋਗਰਾਮ ਸਿਲੈਕਸ਼ਨ ਤੇ ਸਕਾਲਰਸ਼ਿਪਸ ਵਿੱਚ ਹੈਲਪ ਕਰਨੇ ਆ ਅਸੀਂ ਬੱਚਿਆਂ ਨੂੰ ਅਪ ਟੂ 50 ਲੱਖ ਤੱਕ ਸਕਾਲਰਸ਼ਿਪਸ ਲੈ ਕੇ ਦਿੱਤੀਆਂ ਹੋਈਆਂ ਨੇ ਅਸੀਂ ਤੇ ਬੱਚਾ ਦੇ ਵੀਜ਼ਾ ਐਲਓਆਰਸ ਐਸਓਪੀਸ ਹੈਲਪ ਕਰਨੇ ਆ ਤੇ ਪੋਸਟ ਲੈਂਡਿੰਗ ਸਰਵਿਸਿਜ਼ ਵਿੱਚ 에ਅਰਪੋਰਟ ਪਿਕਅਪ ਤੇ ਉਹਨਾਂ ਦੀ ਟੈਂਪਰੇਰੀ ਅਕਮੋਡੇਸ਼ਨ ਦਾ ਇੰਤਜ਼ਾਮ ਵੀ ਕਰਨੇ ਹਾਂ ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ